देर शाम श्री मुक्तसर साहिब के मलोट में आते गांव ओलक के गुरुद्वारा श्री चादर साहब में बिजली स्पार्क होने के साथ श्री गुरु ग्रंथ साहिब जी आपकी लपटों में झुलस गए। गांव वासियों ने बड़ी मुश्किल से आग पर काबू पाया और इसकी जानकारी सिविल प्रशासन और पुलिस को देने पर प्रशासन की ओर से पूरी जांच की गई। सिख संगतों के मनों में भारी अफसोस है। ਵਾਹਿਗੁਰੂ ਜੀ ਖਾਲਸਾ ਸ੍ਰੀ ਵਾਹਿਗੁਰੂ ਜੀ ਫਤਿਹ। ਜੋ ਇਹ ਕੱਲ ਔਰਖ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਇਹ ਸੰਤ ਸਰੂਪ ਜਿਹੜੇ ਉਹ ਅਗਨ ਭੇਟ ਹੋਏ ਆ ਉਹਦਾ ਸਾਨੂੰ ਬੜਾ ਦੁੱਖ ਹੈ, ਪਰ ਕੁਦਰਤ ਦਾ ਜੋ ਭਾਣਾ ਹੈ ਉਹ ਹਰ ਇੱਕ ਨੂੰ ਮੰਨਣਾ ਪੈਂਦਾ। ਜੋ ਸੱਚਖੰਡ ਦੇ ਵਿੱਚ ਜੋ ਇੱਕ ਪੱਖੀ ਉਹ ਲਗਾਈ ਗਈ ਸੀ ਹਵਾ ਵਾਸਤੇ, ਉਹ ਗਰਮ ਹੋਣ ਕਰਕੇ ਉਹ ਜਦੋਂ ਪਿਘਲ ਕੇ ਉਹ ਅੱਗ ਲੱਗ ਗਈ ਉਹਨੂੰ, ਅਤੇ ਉਹਦੇ ਨਾਲ ਸਰੂਪ ਸਾਰੇ ਸੱਤ ਸਰੂਪ ਤਕਰੀਬਨ ਉਹ ਸੜ ਗਏ, ਅਗਨ ਭੇਟ ਹੋ ਗਏ। ਅਸੀਂ ਜਦੋਂ ਕੱਲ੍ਹ ਇਹ ਕੁਛ 5 ਵਜੇ ਦੀ ਘਟਨਾ ਹੈ ਉਹਦੇ ਮੈਨੂੰ ਫੋਨ ਕੀਤਾ ਗ੍ਰੰਥੀ ਸਿੰਘ ਨੇ ਅਤੇ ਲੰਗਰ ਵਾਲਿਆਂ ਨੇ, ਤਾਂ ਮੈਂ 15 ਕੁ ਮਿੰਟਾਂ ਦੇ ਬਾਅਦ ਇੱਥੇ ਪਹੁੰਚ ਗਿਆ ਸੀ। ਜੋ ਸਾਰੇ ਲੰਗਰ ਤੋਂ ਪੁੱਛਿਆ ਵੀ ਗ੍ਰੰਥੀ ਸਿੰਘਾਂ ਤੋਂ ਪੁੱਛਿਆ, ਪ੍ਰਸ਼ਾਸਨ ਨੂੰ ਵੀ ਇਤਰਾਹ ਦਿੱਤੀ ਸਾਰੀ, ਪ੍ਰਸ਼ਾਸਨ ਵੀ ਮੌਕੇ 'ਤੇ ਥੋੜ੍ਹੇ ਮਿੰਟਾਂ ਦੇ ਵਿੱਚ ਹੀ ਇੱਥੇ ਆ ਗਿਆ ਸਾਰਾ। ਪੁਲਿਸ ਦੇ ਉੱਚ ਅਧਿਕਾਰੀ ਵੀ ਆ ਗਏ ਸੀ, ਉਹਨਾਂ ਨੇ ਵੀ ਆਪਣੀ ਜੋ ਇਨਕੁਆਇਰੀ ਸੀ ਸਾਰੀ ਉਹ ਕਰਦੇ ਰਹੇ। ਤਕਰੀਬਨ ਰਾਤ ਦੇ 11-12 ਵਜੇ ਇੱਥੇ, ਅਤੇ ਫਿਰ ਸਾਰੇ ਨਗਰ ਨਿਵਾਸੀਆਂ ਨੇ ਇਹ ਕਿਹਾ ਜੀ ਇਹਦੇ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ, ਇਹ ਬਿਜਲੀ ਦੇ ਨਾਲ ਜੋ ਪੱਖੀ ਸੜ ਕੇ ਡਿੱਗੀ ਉਹਨੂੰ ਅੱਗ ਲੱਗੀ ਉਹਦੇ ਕਰਕੇ ਨੁਕਸਾਨ। ਜ਼ਿਆਦਾਤਰ ਇਸੇ ਤਰ੍ਹਾਂ ਦੇ ਨੁਕਸਾਨ ਹੁੰਦਾ ਬਿਜਲੀ ਸੱਟ ਕਾਰਨ ਕਰਕੇ ਪੱਖੀਆਂ ਦੇ ਵਿੱਚ, ਕੀ ਲੱਗਦਾ ਨਹੀਂ ਇਹਨੂੰ ਥੋੜ੍ਹਾ ਚਿਰ ਸਮੇਂ ਲਈ ਬੰਦ ਹੋਣੇ ਚਾਹੀਦੇ ਹੈਗੇ, ਕੋਈ ਰੈਸਟ ਹੋਣੀ ਚਾਹੀਦੀ ਪੱਖਿਆਂ ਨੂੰ ਜਾਂ ਇਸ ਨੂੰ ਵਗੈਰਾ? ਇਹ ਵੈਸੇ ਸ਼੍ਰੋਮਣੀ ਕਮੇਟੀ ਵੱਲੋਂ ਆਦੇਸ਼ ਵੀ ਹੈਗੇ, ਇਸ਼ਤਿਹਾਰਾਂ 'ਚ ਵੀ ਆਉਂਦਾ ਰਹਿੰਦਾ ਕਿ ਇਸ ਤਰ੍ਹਾਂ ਦੇ ਜੋ ਬਿਜਲੀ ਦੇ ਯੰਤਰ ਹੈ ਜਿਹੜੇ ਅਸੀਂ ਲਾ ਦਿੰਦੇ ਹਾਂ, ਕਿਉਂਕਿ ਹਰ ਇੱਕ ਨੂੰ ਪਤਾ ਅਤੇ ਨਾ ਤਾਂ ਗੁਰੂ ਸਾਹਿਬ ਨੂੰ ਠੰਡ ਲੱਗਦੀ ਹੈ ਅਤੇ ਨਾ ਗੁਰੂ ਸਾਹਿਬ ਨੂੰ ਗਰਮੀ ਲੱਗਦੀ ਆ, ਉਹਨਾਂ ਨੂੰ ਤਾਂ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ। ਉਹ ਤਾਂ ਕੰਡਿਆਂ ਦੇ ਉੱਤੇ ਹੀ ਉਹ ਸੌਂਗੇ ਸੀਗੇ, ਉੱਥੇ ਵੀ ਉਹਨਾਂ ਨੂੰ ਨੀਂਦ ਆ ਗਈ ਸੀ, ਪਰ ਪਿੰਡਾਂ ਵਾਲੇ ਜੋ ਸਾਡੇ ਉਹਨਾਂ ਵਾਸਤੇ ਇਹ ਜ਼ਰੂਰੀ ਹੈ ਕਿ ਸਾਡੇ ਜਿਹੜੇ ਇਸ ਤਰ੍ਹਾਂ ਦੇ ਪੱਖੇ ਉਹ ਲਾਉਣੇ, ਉਹ ਮਨਾਹੀ ਕੀਤੀ ਆ, ਪਰ ਫਿਰ ਵੀ ਕਈ ਸ਼ਰਧਾਲੂ ਆ ਜਾਂਦੇ ਜੀ ਮੈਂ ਤਾਂ ਇਹ ਚੀਜ਼ ਪੇਂਟ ਕਰਨੀ ਆ, ਜੇ ਮੈਂ ਫਲਾਨੀ ਜਗ੍ਹਾ ਲਗਾਉਣੀ ਆ, ਤਾਂ ਫਿਰ ਮਜਬੂਰ ਨੇ ਜਿਹੜੇ ਪ੍ਰਬੰਧਕ ਹੁੰਦੇ ਆ ਉਹਨਾਂ ਨੂੰ ਲਾਉਣੀ ਪੈਂਦੀ। ਉਹ ਤਾਂ ਗ੍ਰੰਥੀ ਸਿੰਘ ਨੂੰ ਚਾਹੀਦਾ ਹੈ ਜੀ, ਉਹ ਵੀ ਜਿਹੜੀ ਪੱਖੇ ਹੈਗੇ ਆ ਉਹਨਾਂ ਨੂੰ ਰੈਸਟ ਦਵਾਵੇ, ਉਹਨਾਂ ਨੂੰ ਥੋੜ੍ਹੇ ਚਿਰ ਬਾਅਦ ਬੰਦ ਕਰ ਲੈਂਦਾ। 24 ਘੰਟੇ ਦਾ ਆਪਾਂ ਕੋਈ ਵੀ ਚੀਜ਼ ਆਪਾਂ ਚਲਾਈ ਚੱਲੋ ਤਾਂ ਉਹ ਗਰਮ ਹੋਣੀ ਹੋਣੀ ਆ, ਬਾਕੀ ਇਹ ਤਾਂ ਛੋਟੀ ਮੋਟਰ ਹੁੰਦੀ ਹੈ ਜੀ। ਇਸ ਤਰ੍ਹਾਂ ਦੇ ਘਟਨਾਵਾਂ ਨੂੰ ਰੋਕਣ ਲਈ ਸ਼੍ਰੋਮਣੀ ਕਮੇਟੀ ਕਿਸ ਤਰ੍ਹਾਂ ਦੇ ਉਪਰਾਲੇ ਕਰਦੀ? ਸ਼੍ਰੋਮਣੀ ਕਮੇਟੀ ਤਾਂ ਸਮੇਂ ਸਮੇਂ 'ਤੇ ਕੈਂਪ ਵਗੈਰਾ ਵੀ ਲਾਉਂਦੇ ਰਹਿੰਦੇ ਆ, ਗ੍ਰੰਥੀ ਸਿੰਘਾਂ ਨੂੰ ਟ੍ਰੇਨਿੰਗ ਵੀ ਦਿੰਦੇ ਰਹਿੰਦੇ ਆ, ਪਰ ਕਈ ਗ੍ਰੰਥੀ ਸਿੰਘ ਡਰਦੇ ਆ, ਉਹ ਜਾਂਦੇ ਨਹੀਂ, ਪਤਾ ਨਹੀਂ ਸ਼੍ਰੋਮਣੀ ਕਮੇਟੀ ਵਾਲੇ ਸਾਥੋਂ ਕੀ ਸਵਾਲ ਪੁੱਛਣਗੇ। ਹਾਲਾਂਕਿ ਉਹਨਾਂ ਨੇ ਤਾਂ ਇਹ ਕਿਹਾ ਹੁੰਦਾ ਵੀ ਤੁਸੀਂ ਆਓ ਸਾਡੇ ਕੋਲ ਅਤੇ ਸਾਨੂੰ ਆ ਕੇ ਜੇ ਕੋਈ ਤੁਹਾਡੇ ਕੋਲ ਸ਼ੰਕਾ ਹੈ ਜਾਂ ਤੁਸੀਂ ਧਰਮ ਬਾਰੇ ਜਾਂ ਕੋਈ ਪ੍ਰਬੰਧ ਬਾਰੇ ਜਾਂ ਕੋਈ ਚੀਜ਼ ਪੁੱਛਣੀ ਚਾਹੁੰਦੇ ਹੋ ਸਾਡੇ ਨਾਲ ਸਾਂਝੀ ਕਰ ਸਕਦੇ ਹਾਂ। ਪਰ ਕਈ ਗ੍ਰੰਥ ਹਾਂ, ਹੁਣ ਪਿੱਛੇ ਜੇ ਵੀ ਇੱਕ ਗ੍ਰੰਥੀ ਸਿੰਘਾਂ ਦਾ ਕੈਂਪ ਲਾਇਆ ਸੀ ਤੇੜੀ ਸਾਹਿਬ ਗੁਰਦੁਆਰਾ ਸਾਹਿਬ, ਉੱਥੇ ਮੇਰਾ ਖਿਆਲ ਪੂਰੇ ਜ਼ਿਲ੍ਹੇ 'ਚੋਂ 20-25 ਗ੍ਰੰਥੀ ਸਿੰਘ ਗਏ ਸੀ, ਬਾਕੀ ਗਏ ਨਹੀਂ। ਕੀ ਤੁਹਾਡੇ ਨਾਲ
ਮੇਰਾ ਨਾਮ ਜਗਦੀਸ਼ ਸਿੰਘ ਹੈ। ਬਾਬਾ ਜੀ, ਔਲਖਾਂ ਗੁਰਦੁਆਰੇ ਦੇ ਵਿੱਚ ਕਿਸ ਤਰ੍ਹਾਂ ਦੀ ਘਟਨਾ ਵਾਪਰੀ ਅਤੇ ਕਿੰਨੇ ਸਰੂਪ ਨੁਕਸਾਨੇ ਗਏ? ਜੀ, ਸ਼ਾਮ ਦਾ ਟਾਈਮ ਸੀ ਅਤੇ ਇੱਕਦਮ ਧੂੰਆਂ ਦਿਸਿਆ ਅਤੇ ਪਹਿਲਾਂ ਤਾਂ ਘਬਰਾਹਟ ਹੋ ਗਈ ਵੀ ਧੂੰਆਂ ਕਿੱਥੋਂ ਨਿਕਲਦਾ। ਫਿਰ ਇੱਕ ਬੱਚਾ ਸੀਗਾ, ਉਹਨੇ ਜਾ ਕੇ ਬਾਰ ਬੂਰ ਖੋਲ੍ਹ ਕੇ ਵੇਖਿਆ ਤਾਂ ਉਹਨੇ ਗੁਰੂ ਘਰ ਦੀਆਂ ਜੋਤਾਂ ਜਿੱਥੇ ਸਰੂਪ ਪਏ ਸੀਗੇ ਆਪਣੇ, ਤਾਂ ਉੱਥੇ ਬਹੁਤ ਜ਼ਿਆਦਾ ਧੂੰਆਂ ਸੀਗਾ। ਅੰਦਰ ਉਹਨੇ ਵੇਖਿਆ ਵੀ ਜਿਹੜਾ ਪਲਾਸਟਿਕ ਦਾ ਪੱਖਾ ਉਹ ਮੱਚ ਕੇ ਲਮਕੀ ਜਾਂਦਾ ਅਤੇ ਹੌਲੀ ਹੌਲੀ ਡਿੱਗੀ ਜਾਂਦਾ ਅਤੇ ਨਾਲ ਉਹ ਜਿਹੜਾ ਪਲਾਸਟਿਕ ਡਿੱਗਦਾ ਉਹਨੂੰ ਅੱਗ ਲੱਗੀ ਜਾਂਦੀ ਹੈ। ਗੁਰੂ ਸਾਹਿਬ ਦੇ ਸਰੂਪਾਂ ਨੂੰ ਵੀ ਅੱਗ ਲੱਗ ਗਈ ਅਤੇ ਆਪਣੇ ਨਾਲ ਜਿਹੜਾ ਏ ਸੀ ਪਿਆ ਸੀ ਉਹ ਵੀ ਪਲਾਸਟਿਕ ਦਾ ਹੋਣ ਕਰਕੇ ਉਹ ਵੀ ਮੱਚ ਕੇ ਨਾਲ ਢੇਰੀ ਬਣ ਗਿਆ। ਕੀ ਕਾਰਨ ਮੰਨਦੇ? ਕੁਦਰਤੀ ਹੈ ਜੀ, ਕਰੋਪੀ ਹੈ ਜੀ, ਜਿਵੇਂ ਸਪਾਰਕਿੰਗ ਹੋ ਗਈ ਲੱਗਦੀ ਹੈ। ਤੁਸੀਂ ਗੱਲ ਕੀਤੀ ਸ਼ਾਮ ਦੀ, ਗੱਲ ਕਰ ਰਹੇ ਹੋਗੇ ਸ਼ਾਮ ਦੀ, ਉਸ ਟਾਈਮ ਗ੍ਰੰਥ ਸਾਹਿਬ ਵੀ ਹੁੰਦੇ, ਪਾਠ ਵੀ ਕੀਤੇ ਜਾਂਦੇ? ਨਹੀਂ, ਉਹ ਪਾਠ ਦਾ ਟਾਈਮ ਨਹੀਂ ਸੀਗਾ ਜੀ। ਟਾਈਮ ਤਾਂ ਮਤਲਬ 6:30-7 ਵਜੇ ਸ਼ੁਰੂ ਹੁੰਦਾ ਹੈ, ਇਹ ਕੰਮ ਪਹਿਲਾਂ ਹੋ ਗਿਆ ਜੀ। ਘੱਟੋ ਘੱਟ 9 ਸਰੂਪ ਤਾਂ ਹੈਗੇ ਸੀਗੇ। ਕਿੰਨੇ ਨੁਕਸਾਨੇ ਗਏ? ਕਿੰਨੇ ਨੂੰ? ਬਾਕੀ 3-4 ਤਾਂ ਬਿਲਕੁਲ ਹੀ ਨੁਕਸਾਨੇ ਗਏ ਜੀ, ਬਾਕੀਆਂ ਨੂੰ ਸੇਕ ਲੱਗਿਆ, ਲਾਗ ਲੱਗੀ ਹੈ ਅਤੇ ਇੰਨਾ ਸ਼ੁਕਰ ਹੈ ਅਜੇ ਉੱਪਰਲੇ ਚੰਦੋਵੇ ਨੂੰ ਅੱਗ ਨਹੀਂ ਲੱਗੀ ਸੀ। ਹੁਣ ਅੰਮ੍ਰਿਤਸਰ ਮੁਕਤਸਰ ਲੈ ਕੇ ਗਏ ਆ ਜੀ, ਉੱਥੋਂ ਗਾਂਹ ਲੈ ਕੇ ਜਾਵਾਂਗੇ ਗੋਇੰਦਵਾਲ ਸਾਹਿਬ ਜਾਵਾਂਗੇ। ਸੋਨੀ ਢੱਲਾ, ਦਿਵਯ ਪੰਜਾਬ ਟੀਵੀ, ਗਿੱਦੜਵਾਹਾ।